ਮਿਠਬੋਲੜੇ ਮਿਲਣਸਾਰ ਅਤੇ ਧਾਰਮਿਕ ਵਿਚਾਰਾਂ ਵਾਲੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਦੇ ਪ੍ਰਧਾਨ ਅਤੇ ਉੱਘੇ ਸਮਾਜ ਸੇਵਕ ਅਜੀਤ ਸਿੰਘ ਸੇਠੀ ਪਿਛਲੇ ਦਿਨੀ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਗਏ, ਜਿਨ੍ਹਾਂ ਦੇ ਨਿਮਿਤ ਪਾਠ ਦਾ ਭੋਗ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਪਾਇਆ ਗਿਆ, ਜਿੱਥੇ ਕਿ ਸਮਾਜਿਕ ਤੇ ਧਾਰਮਿਕ ਦੇ ਨਾਲ ਨਾਲ ਰਾਜਨੀਤਿਕ ਸ਼ਖਸੀਅਤਾਂ ਨੇ ਵੀ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਦੌਰਾਨ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾਕਟਰ ਬਰਜਿੰਦਰ ਸਿੰਘ ਹਮਦਰਦ ਵੱਲੋਂ ਵੀ ਉਹਨਾਂ ਨੂੰ ਜਿੱਥੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ, ਉੱਥੇ ਹੀ ਉਹਨਾਂ ਦੇ ਜੀਵਨ ਸੰਬੰਧੀ ਉਹਨਾਂ ਦੇ ਵੱਲੋਂ ਚਾਨਣਾ ਪਾਇਆ ਗਿਆ। ਇਸ ਨਾਲ ਅਜੀਤ ਸਿੰਘ ਸੇਠੀ ਹੁਰਾਂ ਦੇ ਖਾਸ ਮਿੱਤਰ ਜੋ ਕਿ ਸਾਬਕਾ SSP ਵੀ ਰਹਿ ਚੁੱਕੇ ਨੇ, ਉਹਨਾਂ ਦੇ ਵੱਲੋਂ ਵੀ ਉਹਨਾਂ ਦੇ ਜੀਵਨ ਦੇ ਨਾਲ ਸੰਬੰਧਿਤ ਕੁਝ ਖਾਸ ਗੱਲਾਂ ਸਾਂਝੀਆਂ ਕੀਤੀਆਂ ਗਈਆਂ। ਸਾਡੇ ਬਹੁਤ ਪਿਆਰੇ ਸਰਦਾਰ ਅਜੀਤ ਸਿੰਘ ਜੀ ਸੇਠੀ ਅਚਾਨਕ ਸਾਡੇ ਤੋਂ ਵਿਛੜ ਗਏ ਨੇ। ਉਹਨਾਂ ਨੇ ਹੋਰ ਵੀ ਜਿਹੜੀਆਂ ਯੋਜਨਾਵਾਂ, ਉਹ ਅਕਸਰ ਉਹਨਾਂ ਦਾ ਜ਼ਿਕਰ ਮੇਰੇ ਨਾਲ ਨੂੰ
ਕਰਦੇ ਰਹਿੰਦੇ ਸਨ। ਜਦੋਂ ਕਦੀ ਮੈਂ ਉਹਨਾਂ ਦੀ ਇਸ ਗੱਲ ਲਈ ਪ੍ਰਸ਼ੰਸਾ ਕਰਦਾ ਤਾਂ ਉਹ ਹਮੇਸ਼ਾ ਇਹ ਕਹਿੰਦੇ ਕਿ ਇਹ ਗੁਰੂ ਸਾਹਿਬਾਨ ਦੀ ਕਿਰਪਾ ਸਾਥੀਆਂ ਦਾ ਸਾਥ ਹੈ, ਗੁਰੂ ਸਾਹਿਬਾਨ ਦਾ ਆਸ਼ੀਰਵਾਦ ਹੈ ਅਤੇ ਸੰਗਤ ਦਾ ਸਾਥ ਹੈ ਜਿਹੜਾ ਕਿ ਸਾਨੂੰ ਇਸ ਰਸਤੇ 'ਤੇ ਤੋਰ ਰਹੇ। ਬੜਾ ਉਹਨਾਂ ਦਾ ਵਿਛੋੜਾ ਬੜਾ ਦੁਖਦਾਈ ਹੈ, ਯਕੀਨ ਕਰਨਾ ਮੁਸ਼ਕਲ ਹੈ, ਪਰ ਆਪਣੇ ਜੀਵਨ ਕਾਲ 'ਚ ਖਾਸ ਤੌਰ 'ਤੇ ਪਿਛਲੇ 2 ਦਹਾਕਿਆਂ ਤੋਂ ਕਾਫੀ ਸਮੇਂ ਤੋਂ ਮੈਂ ਉਹਨਾਂ ਨੂੰ ਦੇਖਦਾ ਰਿਹਾ। ਉਹਨਾਂ ਦੀ ਜੋ ਸਰਗਰਮੀ ਸੀ ਉਹਨੂੰ ਬੜੀ ਨੀਚ ਨਾਲ ਦੇਖਦਾ ਰਿਹਾ। ਅਕਸਰ ਉਹ ਸਲਾਹ ਮਸ਼ਵਰਾ ਵੀ ਕਰਦੇ ਰਹਿੰਦੇ ਸੀਗੇ। ਮੈਂ ਸਮਝਦਾ ਕਿ ਬਹੁਤ ਸਮਰਪਿਤ ਜੀਵਨ ਆਪਣੇ ਸਮਾਜ ਲਈ, ਆਪਣੀ ਕੌਮ ਲਈ ਅਤੇ ਖਾਸ ਤੌਰ 'ਤੇ ਧਰਮ ਦੇ ਖੇਤਰ ਵਿੱਚ ਗੁਰਦੁਆਰਾ ਸਾਹਿਬ ਲਈ ਉਹਨਾਂ ਨੇ ਜੀਵਨ ਬਿਤਾਇਆ। ਉਹ ਕਦੀ ਵੀ ਕੋਈ ਹੋਰ ਬਹੁਤੀ ਗੱਲ ਨਹੀਂ ਸੀ ਕਰਦੇ। ਹਮੇਸ਼ਾ ਉਹਨਾਂ ਦੇ ਮਨ 'ਚ ਸੀ ਕਿ ਕਿਸ ਤਰ੍ਹਾਂ ਸੰਗਤ ਨੂੰ ਗੁਰੂ ਘਰ ਨਾਲ ਜੋੜਿਆ ਜਾਏ, ਕਿਸ ਤਰ੍ਹਾਂ ਉਹਨਾਂ ਅੰਦਰ ਹਮੇਸ਼ਾ ਉਤਸ਼ਾਹ ਜਗਾਈ ਰੱਖਿਆ ਜਾਏ, ਇਹ ਯੋਜਨਾਵਾਂ ਉਹ ਸੋਚਦੇ ਰਹਿੰਦੇ ਸੀਗੇ। ਇਸ ਪੱਖੋਂ ਉਹਨਾਂ ਦੇ ਜੀਵਨ ਬਹੁਤ ਸਫਲ ਸੀ। ਮੈਂ ਸਮਝਦਾ ਕਿ ਸੇਠੀ ਸਾਹਿਬ ਨੇ ਅਮਲੀ ਰੂਪ ਵਿੱਚ ਉਹਨਾਂ 'ਤੇ ਚੱਲਣ ਦਾ ਯਤਨ ਕੀਤਾ। ਬਹੁਤ ਨਿਮਰ ਸੁਭਾਅ, ਹਰ ਇੱਕ ਨੂੰ ਪਿਆਰ ਨਾਲ ਮਿਲਣਾ, ਹਰ ਇੱਕ ਲਈ ਸਤਿਕਾਰ ਰੱਖਣਾ, ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਵਿਅਕਤੀ ਹੋਵੇ, ਉਹ ਹਮੇਸ਼ਾ ਉਹਦਾ ਖਿਆਲ ਰੱਖਦੇ ਸੀ। ਉਹਨਾਂ ਦੇ ਲਈ ਸਾਰੇ ਇੱਕੋ ਜਿਹੇ ਸੀ ਅਤੇ ਸਭ ਤੋਂ ਵਧੀਆ ਜਿਹੜਾ ਨਿਮਰਤਾ ਵਾਲਾ ਸੁਭਾਅ ਆ, ਨਿਵੇਂ ਸੁਗੌਰਾ ਹੋਵੇ, ਉਹ ਉਹਨਾਂ ਅੰਦਰ ਬੜਾ ਗੁਰੂ ਸਾਹਿਬਾਨ ਨੇ ਇਹ ਕਿਰਪਾ ਕੀਤੀ ਸੀ ਕਿ ਉਹ ਸਾਰੀ ਉਮਰ ਉਹਨਾਂ ਨੇ ਇਸੇ ਤਰ੍ਹਾਂ ਗੁਜ਼ਾਰੀ। ਸਿਦਕਵਾਨ ਹੋਣਾ, ਸਾਦਗੀ ਵਾਲਾ ਜੀਵਨ ਬਿਤਾਉਣਾ, ਹਮੇਸ਼ਾ ਲੋਕਾਂ ਦੇ ਕੰਮ ਆਉਣ ਦਾ ਯਤਨ ਕਰਨਾ, ਹਮੇਸ਼ਾ ਆਪਣੇ ਸਮਾਜ ਦੀ ਬਿਹਤਰੀ ਲਈ ਤਤਪਰ ਰਹਿਣਾ, ਮੈਂ ਸਮਝਦਾ ਇਹੀ ਉਪਦੇਸ਼ ਗੁਰੂ ਸਾਹਿਬਾਨ ਦੇ ਸੀ ਜਿਨ੍ਹਾਂ ਉੱਤੇ ਸੇਠੀ ਸਾਹਿਬ ਨੇ ਹਮੇਸ਼ਾ ਚੱਲਣ ਦਾ ਯਤਨ ਕੀਤਾ। ਇਸੇ ਲਈ ਉਹ ਅੱਜ ਵੀ ਸਾਡੇ ਦਿਲਾਂ 'ਚ,
ਸਾਰਿਆਂ ਦੇ ਇੱਥੇ ਸਾਰੇ ਜੋ ਬੈਠੇ ਹੋ ਸਾਰਿਆਂ ਨੇ ਉਹਨਾਂ ਦਾ ਸਾਥ ਪਾਣਿਆ, ਉਹਨਾਂ ਦਾ ਪਿਆਰ ਲਿਆ। ਉਹ ਉਹਨਾਂ ਦਾ ਜੀਵਨ ਜਿਹੜਾ ਸੀ ਉਹ ਹੀ ਖਿੱਚ ਦਾ ਕੇਂਦਰ ਬਣਿਆ ਸੀ। ਕੋਈ ਵੀ ਯੋਜਨਾ ਹੁੰਦੀ ਸੀ ਉਹ ਕਦੀ ਇਕੱਲਿਆਂ ਨਹੀਂ ਸੀ ਕਰਦੇ, ਉਹ ਪਹਿਲਾਂ ਆਪਣੇ ਸਾਥੀਆਂ ਨਾਲ ਵਿਚਾਰ ਵਟਾਂਦਰਾ ਕਰਦੇ, ਇਹਦਾ ਮੈਂ ਗਵਾਹ ਹਾਂ। ਫਿਰ ਉਹਨਾਂ ਦਾ ਯਤਨ ਹੁੰਦਾ ਸੀ ਕਿ ਜਿੰਨੇ ਵੱਧ ਤੋਂ ਵੱਧ ਸੰਗਤ ਨੂੰ ਇਸ ਕੰਮ ਲਈ ਨਾਲ ਲਿਆ ਜਾਏ ਉਹ ਲੈਣ ਦਾ ਯਤਨ ਕਰਦੇ ਸੀ, ਅਤੇ ਇਸ ਗੱਲ 'ਚ ਉਹ ਹਮੇਸ਼ਾ ਸਫਲ ਹੁੰਦੇ ਸੀ। ਕਦੀ ਉਹਨਾਂ ਦਾ ਪਿਛਲੇ 10 ਸਾਲਾਂ 'ਚ 11 ਸਾਲਾਂ 'ਚ ਜਦੋਂ ਦੇ ਉਹ ਇਸ ਗੁਰੂ ਘਰ ਦੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਣੇ, ਉਹਨਾਂ ਬਾਰੇ ਕੋਈ ਵਿਵਾਦ, ਕੋਈ ਉਂਗਲੀ, ਕਿਸੇ ਤਰ੍ਹਾਂ ਦੀ ਆਲੋਚਨਾ ਮੈਂ ਨਹੀਂ ਸੀ ਦੇਖੀ। ਉਹਦਾ ਕਾਰਨ ਇਹ ਸੀ ਕਿ ਉਹ ਕੋਈ ਵੀ ਕੰਮ, ਚਾਹੇ ਉਹਨਾਂ ਨੂੰ ਜਿੰਨਾ ਮਰਜ਼ੀ ਅਜ਼ੀਜ਼ ਹੋਵੇ, ਗੁਰਦੁਆਰਾ ਸਾਹਿਬ ਲਈ ਬਹੁਤ ਅੱਛੀ ਤਰਕੀਬ ਹੋਵੇ, ਪਰ ਉਹ ਆਪਣੇ ਸਾਥੀਆਂ ਅਤੇ ਸੰਗਤ ਦੇ ਮਸ਼ਵਰੇ ਤੋਂ ਬਗੈਰ ਉਸਨੂੰ ਨਹੀਂ ਸੀ ਕਰਦੇ। ਇਸ ਗੁਰਦੁਆਰਾ ਸਾਹਿਬ ਦੇ ਨਵੀਨੀਕਰਨ 'ਚ ਜਿੰਨੀ ਉਹਨਾਂ ਨੇ ਮਿਹਨਤ ਕੀਤੀ, ਮੈਂ ਸਮਝਦਾ ਕਿ ਆਪਣੇ ਪਿਛਲੇ ਸਾਲਾਂ 'ਚ ਉਹਨਾਂ ਨੇ ਘਰ ਪਰਿਵਾਰ ਨੂੰ ਵੀ ਇੱਕ ਤਰ੍ਹਾਂ ਨਾਲ ਪਿੱਛੇ ਰੱਖ ਦਿੱਤਾ ਸੀ। ਉਹਨਾਂ ਦਾ ਸਾਰਾ ਯਤਨ ਆਪਣੇ ਸਾਥੀਆਂ ਨਾਲ, ਤੁਹਾਡੇ ਸਭ ਨਾਲ ਮਿਲ ਕੇ ਇਹ ਸੀ ਕਿ ਅਸੀਂ ਇਸ ਗੁਰੂ ਘਰ ਨੂੰ ਵੱਧ ਤੋਂ ਵੱਧ ਚੰਗਾ ਬਣਾਈਏ, ਸਾਰੇ ਜਿਹਦੇ ਵਿੱਚ ਆ ਕੇ ਮਹਿਸੂਸ ਕਰਨ। ਅੱਛਾ, ਇਹੀ ਸਾਡੀ ਆਪਣੇ ਮਹਾਨ ਗੁਰੂਆਂ ਨੂੰ ਦੇਣ ਹੋਏਗੀ। ਮੈਂ ਅਕਸਰ ਉਹਨਾਂ ਨੂੰ ਇਹ ਕਹਿੰਦਾ ਸੀ ਕਿ ਹਮੇਸ਼ਾ ਸਾਨੂੰ ਆਪਣੀ ਸਿਵਿਕ ਲਾਈਫ ਦਾ, ਲੋਕਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਉਹਨਾਂ ਨੇ ਗੁਰਦੁਆਰਾ ਸਾਹਿਬ ਵੱਡਾ ਬਣਾਇਆ। ਮੈਂ ਕਿਹਾ ਜੀ, ਮੈਂ ਇਸ ਗੱਲ ਤੋਂ ਬਹੁਤ ਜ਼ਿਆਦਾ ਸੰਤੁਸ਼ਟ ਨਹੀਂ ਹਾਂ। ਇੱਥੇ ਗੁਰੂ ਘਰ ਜਾਣ ਲਈ ਤਰ੍ਹਾਂ ਤਰ੍ਹਾਂ ਦੇ ਇੱਥੇ ਸਮਾਗਮ ਉਹ ਕਰਦੇ ਆ, ਹਰ ਤਰ੍ਹਾਂ ਦੇ ਲੋਕ ਆ ਕੇ ਇੱਥੇ ਸਮਾਗਮ ਕਰਦੇ ਆ, ਅਤੇ ਇੱਥੇ ਕਾਰ ਪਾਰਕਿੰਗ ਵੀ ਆ। ਉਹਨਾਂ ਨੇ, ਮੈਂ ਜਦੋਂ ਵੀ ਆਉਣਾ ਇਹ ਕਹਿਣਾ ਕਿ ਮੇਰੀ ਖੁਸ਼ੀ ਤਾਂ ਹੈ ਕਿ ਜੇ ਇੱਥੇ ਕਾਰ ਪਾਰਕਿੰਗ ਬਣੇ, ਕਿਉਂਕਿ ਇਹ ਸਭ ਤੋਂ ਵੱਡੀ ਜੇ ਸਮਾਗਮ ਹੈ ਕੋਈ ਕਿਸੇ ਤਰ੍ਹਾਂ ਦਾ ਵੀ ਹੈ, ਸ਼ਰਧਾ ਦਾ ਸਮਾਗਮ ਹੈ, ਅਤੇ ਉਹਦੇ 'ਚ ਲੋਕਾਂ ਨੂੰ ਸਹੂਲੀਅਤ ਸਾਨੂੰ ਪਹਿਲਾਂ ਦੇਣੀ ਪਏਗੀ। ਉਹਨਾਂ ਨੇ ਕਿਹਾ ਜੀ, ਅਸੀਂ ਲੰਗਰ ਘਰ ਵੱਡਾ ਬਣਾਇਆ। ਮੈਂ ਕਿਹਾ ਜੀ, ਮੈਂ ਤਾਂ ਵੀ ਉਨਾ ਸੰਤੁਸ਼ਟ ਨਹੀਂ, ਅਤੇ ਜ਼ੋਰ ਦੇਣ 'ਤੇ ਬੜੀ ਹਿਚਕਚਾਹਟ ਤੋਂ ਬਾਅਦ ਆਪਣੇ ਸਾਥੀਆਂ ਨਾਲ ਵਿਚਾਰ ਵਟਾਂਦਰਾ ਕਰਕੇ ਤੁਹਾਡੇ ਸਭ ਨੂੰ ਨਾਲ ਲੈ ਕੇ ਉਹਨਾਂ ਨੇ ਸਾਲ ਪਹਿਲਾਂ ਇਹ ਕੰਮ ਆਰੰਭਿਆ ਸੀ, ਅਤੇ ਉਹ ਅਕਸਰ ਮੈਨੂੰ ਇਹਦੇ ਬਾਰੇ ਦੱਸਦੇ ਰਹਿੰਦੇ ਸੀ।
ਸਿਦਕਵਾਨ ਜੀਵਨ ਬਿਤਾ ਸਕਣਾ, ਇੰਨਾ ਨਿਮਰ ਹੋ ਸਕਣਾ, ਉਹ ਮੈਂ ਸਮਝਦਾ ਕਿ ਇਹ ਗੁਰੂ ਸਾਹਿਬਾਨ ਦਾ ਉਹਨਾਂ 'ਤੇ ਥਾਪੜਾ ਸੀ। ਉਹਨਾਂ ਨੇ ਮੈਂ ਉਹਨਾਂ ਦੇ ਪਰਿਵਾਰ ਨੂੰ, ਸਤਿਕਾਰਯੋਗ ਭੈਣ ਜੀ ਨੂੰ, ਉਹਨਾਂ ਦੇ ਬੇਟੇ ਜਸਪ੍ਰੀਤ ਨੂੰ ਅਤੇ ਹੋਰ ਸਾਰੇ ਪਰਿਵਾਰ ਨੂੰ ਇਸ ਗੱਲ ਲਈ ਮੈਂ ਜ਼ਰੂਰ ਕਹਾਂਗਾ ਕਿ ਵਿਛੋੜਾ ਜ਼ਰੂਰ ਹੈ, ਪਰ ਜਿਸ ਤਰ੍ਹਾਂ ਦਾ ਉਹ ਜੀਵਨ ਬਿਤਾ ਕੇ ਗਏ ਆ, ਉਹ ਨਾ ਸਿਰਫ ਤੁਹਾਡੇ ਲਈ, ਪਰਿਵਾਰ ਲਈ, ਸਗੋਂ ਪੂਰੇ ਸਮਾਜ ਲਈ ਉਹ ਇੱਕ ਉਦਾਹਰਣ। ਸਾਨੂੰ ਉਹਨਾਂ ਦੇ ਜੀਵਨ ਤੋਂ ਬਹੁਤ ਕੁਛ ਸਿੱਖਣ ਦੀ ਲੋੜ ਆ, ਆਪਣੇ ਅੰਦਰ ਉਹੋ ਜਿਹੀਆਂ ਭਾਵਨਾਵਾਂ ਪੈਦਾ ਕਰਨ ਦੀ ਲੋੜ। ਮੈਂ ਸਮਝਦਾ ਕਿ ਜੇਕਰ ਉਹਨਾਂ ਦੇ ਅਧੂਰੇ ਕੰਮਾਂ ਨੂੰ, ਜੇਕਰ ਉਹਨਾਂ ਦੇ ਨਕਸ਼ੇ ਕਦਮ 'ਤੇ ਚੱਲਦਿਆਂ ਅਸੀਂ ਜੀਵਨ ਬਿਤਾ ਸਕੀਏ, ਉਹਨਾਂ ਦੇ ਸਾਥੀ ਜੀਵਨ ਬਿਤਾ ਸਕਣ, ਉਹਨਾਂ ਦੇ ਕੰਮਾਂ ਨੂੰ ਪੂਰਾ ਕਰਨ ਦਾ ਯਤਨ ਕਰਨ, ਤਾਂ ਇਹੀ ਉਸ ਬਹੁਤ ਵਧੀਆ ਪਿਆਰੀ ਸ਼ਖਸੀਅਤ, ਸਭ ਦੇ ਕੰਮ ਆਉਣ ਵਾਲੇ ਵਿਅਕਤੀ, ਉਹ ਉਸ ਨੂੰ ਇਹੀ ਸਾਡੀ ਸਭ ਤੋਂ ਵੱਡੀ, ਸਭ ਤੋਂ ਚੰਗੀ ਸ਼ਰਧਾਂਜਲੀ ਹੋਵੇਗੀ। ਮੈਂ ਇਹਨਾਂ ਸ਼ਬਦਾਂ ਨਾਲ ਇੱਕ ਵਾਰ ਫਿਰ ਉਸ ਬਹੁਤ ਹੀ ਪਿਆਰੇ ਮਨੁੱਖ ਸ਼ਖਸੀਅਤ ਨੂੰ ਆਪਣੀ ਸ਼ਰਧਾ 'ਤੇ ਫੁੱਲ ਭੇਟ ਕਰਦਾ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਸਰਦਾਰ ਅਜੀਤ ਸਿੰਘ ਸੇਠੀ ਜੀ ਦੀ ਅੰਤਮ ਅਰਦਾਸ ਮੌਕੇ ਮੈਂ ਆਪਣੇ ਭਰੇ ਮਨ ਨਾਲ, ਦਿਲ ਦੀਆਂ ਗਹਿਰਾਈਆਂ ਤੋਂ ਸ਼ਰਧਾ ਦੇ ਫੁੱਲ ਭੇਟ ਕਰਦਾ ਉਹਨਾਂ ਨੂੰ, ਜੋ ਸਾਨੂੰ ਚੰਦ ਹੀ ਪਲਾਂ 'ਚ ਸਦੀਵੀ ਵਿਛੋੜਾ ਦਿਆ। ਉਹਨਾਂ ਦੇ ਜਾਣ ਨਾਲ ਪਰਿਵਾਰ ਨੂੰ, ਮੈਨੂੰ ਨਿੱਜੀ ਤੌਰ 'ਤੇ ਬਹੁਤ ਹੀ ਸਹਿ ਅਤੇ ਕਹਿ ਦਾ ਘਾਟਾ ਹੋਇਆ। ਮੇਰਾ ਇਸ ਪਰਿਵਾਰ ਨਾਲ ਕਰੀਬ 40 ਸਾਲ ਤੋਂ ਬਹੁਤ ਗੂੜਾ ਰਿਸ਼ਤਾ ਹੈ। ਮੈਂ ਉਹਨਾਂ ਨੂੰ ਵੱਡੇ ਭਰਾ ਮੰਨਦਾ ਸੀ। ਕੋਈ ਵੀ ਕਦੇ ਦਿੱਕਤ ਆਉਣੀ ਤਾਂ ਉਹਨਾਂ ਨੇ ਸਲਾਹ ਕਰਨੀ, ਉਹਨਾਂ ਨੇ ਸਲਾਹ ਵੀ ਦੇਣੀ ਅਤੇ ਅਰਦਾਸ ਵੀ ਕਰਨੀ। ਸੇਠੀ ਸਾਹਿਬ ਨੇ ਆਪਣੇ ਪਰਿਵਾਰ ਦੀ ਜ਼ਿੰਮੇਵਾਰੀਆਂ ਵੀ ਬਹੁਤ ਬਾਖੂਬੀ ਨਿਭਾਈਆਂ ਅਤੇ ਨਾਲ ਨਾਲ ਜਦੋਂ ਦੀ ਗੁਰੂ ਘਰ ਦੀ ਸੇਵਾ ਮਿਲੀ ਹੈ ਉਹ ਵੀ ਇੱਕ ਮਿਸਾਲ ਹੈ। ਕਿਸੇ ਸਿਆਣੇ ਨੇ ਆਖਿਆ ਹੈ ਕਿ ਮਾਲੀ ਦੀ ਸ਼ਖਸੀਅਤ ਦਾ ਪਤਾ ਉਸ ਦੀ ਸਜਾਈ ਹੋਈ ਫਲਵਾੜੀ ਤੋਂ ਚੱਲਦਾ ਹੈ, ਜਿਸ ਦੀ ਮਿਸਾਲ ਅੱਜ ਦਾ ਇਕੱਠ ਦੱਸਦਾ ਹੈ, ਜਿੱਥੇ ਸ਼ਹਿਰ ਦੀਆਂ ਮੁੱਖ ਸ਼ਖਸੀਅਤ, ਸੰਤ ਸਮਾਜ, ਸਿਵਲ ਅਤੇ ਪੁਲਿਸ ਪ੍ਰਸ਼ਾਸਨ ਇੱਥੇ ਹਾਜ਼ਰ ਹੋਏ ਨੇ। ਔਰ ਕਿੰਨਾ ਸੋਹਣਾ ਇਹ ਗੁਰੂ ਘਰ ਦਾ ਹਾਲ ਵੀ ਸਾਨੂੰ ਉਹਨਾਂ ਦੀ ਸੇਵਾ ਦਰਸਾਉਂਦਾ ਹੈ।